ਪੰਜਾਬ 'ਚ ਵਿਦਿਆਰਥੀਆਂ ਅਤੇ ਬੱਸ ਚਾਲਕਾਂ 'ਚ ਲੰਮੇ ਸਮੇਂ ਤੋਂ ਚੱਲ ਰਹੀ ਕਸ਼ਮਕਸ਼ ਨੇ ਅੱਜ ਮੁਕਤਸਰ 'ਚ ਮੁੜ ਹਿੰਸਕ ਰੂਪ ਧਾਰ ਲਿਆ, ਜਿੱਥੇ ਕਾਲਜ ਲਈ ਬੱਸ ਦੀ ਮੰਗ ਕਰਦੇ ਵਿਦਿਆਰਥੀਆਂ ਵੱਲੋਂ ਲਾਏ ਧਰਨੇ ਨੂੰ ਚੁਕਵਾਉਣ ਲਈ ਬੱਸ ਅੱਡੇ ਦੇ ਠੇਕੇਦਾਰ ਵੱਲੋਂ ਧੱਕਾ ਮੁੱਕੀ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਮਾਮਲੇ ਬਾਰੇ ਵਿਦਿਆਰਥੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਹੋਰ ਬੱਸ ਚਲਾਉਣ ਦੀ ਮੰਗ ਕਰ ਰਹੇ ਸਨ, ਜਿਸ ਦੌਰਾਨ ਉਹਨਾਂ ਦੀ ਮੰਗ ਨਾ ਮੰਨੇ ਜਾਣ ਤੇ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ, ਜਿਸ ਦੌਰਾਨ ਬੱਸ ਅੱਡੇ ਦੇ ਠੇਕੇਦਾਰ ਵੱਲੋਂ ਉਹਨਾਂ ਨਾਲ ਧੱਕਾ ਮੁੱਕੀ ਕੀਤੀ ਗਈ। ਸਰ, ਪਹਿਲਾਂ ਅਸੀਂ ਇਹਨਾਂ ਤੋਂ ਬੱਸ ਦੀ ਮੰਗ ਕੀਤੀ ਸੀਗੀ, ਉਹ ਕਹਿੰਦੇ ਸਾਨੂੰ ਰਿਟਰਨ 'ਚ ਕੋਈ ਪਰੂਫ ਦਿਓ। ਅਸੀਂ ਇਹਨਾਂ ਨੂੰ ਕਿਹਾ ਵੀ ਤੁਹਾਨੂੰ ਜੇ ਪਹਿਲਾਂ ਜੀ ਨਹੀਂ ਰਿਟਰਨ 'ਚ ਪਰੂਫ ਦਿੱਤਾ, ਤੁਸੀਂ ਇੱਕ ਬੱਸ ਲਾਈ ਕਿਵੇਂ? ਜੇ ਤੁਹਾਡੇ ਕੋਲ ਰਿਟਰਨ 'ਚ ਪਹਿਲਾਂ ਪਰੂਫ ਹੈ ਨਹੀਂ ਤਾਂ ਫਿਰ ਪਹਿਲੀ ਵਾਲੀ ਬੱਸ ਕਿਵੇਂ ਚੱਲਦੀ ਆ? ਅਸੀਂ ਆਖਿਆ ਵੀ 350-264 ਬੱਚੇ ਜਾਂਦੇ ਆ, ਡੇਲੀ ਜਾਂਦੇ ਆ, ਜੇ ਜਾਨੀ ਮਾਲੀ ਨੁਕਸਾਨ ਹੁੰਦਾ ਇੱਕੋ ਬੱਸ 'ਚ ਜਾਂਦੇ ਆ ਤਾਂ ਉਹਦਾ ਜ਼ਿੰਮੇਵਾਰ ਕੌਣ ਆ? ਪ੍ਰਸ਼ਾਸਨ ਆ ਜ਼ਿੰਮੇਵਾਰ ਇਹਨਾਂ ਤੋਂ। ਅਸੀਂ ਬਾਅਦ ਇਸ ਤੋਂ ਬਾਅਦ ਅਸੀਂ ਧਰਨਾ ਲਾਇਆ ਇੱਥੇ, ਸਾਨੂੰ ਕਹਿੰਦੇ ਤੁਸੀਂ ਧਰਨਾ ਕਿਵੇਂ ਲਾਇਆ, ਅਸੀਂ ਪ੍ਰਾਈਵੇਟ ਠੇਕੇਦਾਰ ਹਾਂ, ਸਾਨੂੰ ਧੱਕੇ ਮਾਰੇ ਗਏ, ਸਾਡੇ ਮੁੰਡਿਆਂ ਦੇ ਚਪੇੜੇ ਵੱਜੇ, ਕੁੜੀਆਂ ਦੀਆਂ ਗੁੱਤਾਂ ਪੱਟੀਆਂ ਗਈਆਂ ਉੱਥੇ। ਵਿਦਿਆਰਥੀਆਂ ਦੇ ਮਾਪਿਆਂ 'ਚ ਵੀ ਇਸ ਘਟਨਾ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਇੱਥੋਂ ਬੱਸ ਅੱਡੇ ਦਾ ਠੇਕੇਦਾਰ ਆ ਜਾਂ ਕੋਈ ਕਨੈਕਟਰ ਆ ਜਾਂ ਕੋਈ ਡਰਾਈਵਰ ਆ, ਕੁੜੀਆਂ ਦੇ ਗਲ ਪਏ ਨੇ, ਥੱਪੜ ਮਾਰਿਆ ਕੁੜੀਆਂ ਦੇ, ਗੁੱਤਾਂ ਪੱਟੀਆਂ ਨੇ, ਉਸ ਤੋਂ ਬਾਅਦ ਗਾਲੀ ਕਲੋਜ਼ ਹੋਇਆ, ਉਸ ਤੋਂ ਬਾਅਦ ਮੇਰੇ ਬੇਟੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਹਦੇ ਵੀ ਥੱਪੜ ਮਾਰੇ ਆ, ਅਤੇ ਅਸੀਂ ਪ੍ਰਸ਼ਾਸਨ ਦੇ ਇਹੀ ਕਹਿੰਦੇ ਵੀ ਸਾਨੂੰ ਇਹਦਾ ਨਿਆਂ ਹੋਣਾ ਚਾਹੀਦਾ, ਅਸੀਂ ਹੋਰ ਨਾ ਪਰਚਾ ਕਰਾਉਣਾ ਨਾ ਕੁਛ ਵੀ ਨਹੀਂ ਕਰਾਉਣਾ, ਇੱਕ ਵਾਰ ਸਾਹਮਣੇ ਆ ਕੇ ਸਾਡੇ ਬੱਚਿਆਂ ਦੇ ਅਤੇ ਗਲਤੀ ਮੰਨ ਲਿਓ, ਉਸ ਤੋਂ ਬਾਅਦ ਉਹਨੂੰ ਜਿੱਥੇ ਮਰਜ਼ੀ ਉਹ ਜਾਏ, ਸਾਡੇ ਬੱਚੇ ਸਾਡੇ ਘਰ ਜਾ, ਹੋਰ ਅਸੀਂ ਇਸ ਤੋਂ ਇਲਾਵਾ ਨਾ ਪਰਚਾ ਕਰਾਉਣਾ, ਸਾਨੂੰ ਤਾਂ ਹੁਣ ਪੁਲਿਸ ਵਾਲੇ ਕਹੀ ਜਾਣ ਪਰਚਾ ਕਰਾਓ, ਪਰਚਾ ਕਾਹਦੇ ਵਾਸਤੇ ਅਸੀਂ ਪਰਚਾ ਕਰਵਾਈਏ? ਕੋਈ ਅਸੀਂ ਪਰਚਾ ਨਹੀਂ ਕਰਾਉਣਾ, ਅਸੀਂ ਤਾਂ ਬਸ ਮਾਫ਼ੀ ਮੰਗਾਉਣੀ ਆ ਕੁੜੀਆਂ ਦੇ ਸਾਹਮਣੇ, ਇੱਕ ਵਾਰ ਮਾਫ਼ੀ ਉੱਥੇ ਮਾਫ਼ੀ ਮੰਗ ਲੈ ਉੱਥੇ ਜਾ ਕੇ, ਉਸ ਤੋਂ ਬਾਅਦ ਉਹ ਆਪਣੇ ਕਰੇ, ਅਸੀਂ ਆਪਣੇ ਕਰੇ। ਇਸ ਮਾਮਲੇ 'ਚ ਰੋਡਵੇਜ਼ ਕਰਮਚਾਰੀਆਂ ਦਾ ਕੀ ਕਹਿਣਾ ਹੈ, ਤੁਸੀਂ ਇਹ ਵੀ ਸੁਣੋ। ਹਾਂਜੀ, ਅਚਾਨਕ ਹੀ ਇਹਨਾਂ ਨੇ 3 ਅੱਜ ਬੱਸਾਂ ਮੰਗੀਆਂ ਜ਼ਿਆਦਾ, ਜੋ ਸਾਡੇ ਕੋਲ ਮਤਲਬ ਬੱਸਾਂ ਘੱਟ ਵੀ ਆ ਵੈਸੇ ਵੀ, ਅਤੇ ਇੱਕ ਜ਼ਿੰਮੇਵਾਰੀ ਨਾਲ ਲਿਜਾਂਦੇ ਸੀ ਪਹਿਲਾਂ ਬੱਸ, ਠੀਕ ਹੈ ਨਾ, ਅੱਜ ਅਚਾਨਕ ਇਹਨਾਂ ਨੇ 3 ਬੱਸਾਂ ਮੰਗ ਲਈਆਂ, ਕਿੱਥੋਂ ਦਿੰਦੇ ਬੱਸਾਂ ਇਹਨਾਂ ਨੂੰ? ਮੌਕੇ 'ਤੇ ਪਹੁੰਚੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਹਨਾਂ ਵਿਦਿਆਰਥੀਆਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਵਿਦਿਆਰਥੀਆਂ ਨੇ ਰੋਸ ਚਾਹ ਕੇ ਬੱਸ ਸਲੂਕੀ ਕਰਨ ਵਾਲੇ ਵਿਅਕਤੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਐਸਡੀਐਮ ਮੁਕਤਸਰ ਨੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਦੀਆਂ ਮੰਗਾਂ ਸੰਬੰਧੀ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਤੇ ਜਲਦ ਹੀ ਇਹਨਾਂ ਦਾ ਹੱਲ ਵੀ ਕੀਤਾ ਜਾਵੇਗਾ। ਡਾਇਟ ਦੀ ਬੱਸ ਚੱਲਦੀ ਸੀਗੀ, ਉਹ ਨਾ ਜੀਐਮ ਰੋਡਵੇਜ਼ ਨਾਲ ਗੱਲ ਹੋਈ ਸੀ, ਅੱਜ ਇਹਨਾਂ ਦੀ ਬੱਸ ਆਈ ਥਿੰਕ ਬੰਦ ਹੋ ਗਈ, ਕਿਉਂਕਿ ਉਹ ਹਾਈਕੋਰਟ ਦੇ ਆਰਡਰ ਸੀਗੇ ਕਿ ਜਿਹੜਾ ਬਿਨਾਂ ਪਰਮਿਟ ਤੋਂ ਬੱਸ ਨਹੀਂ ਚੱਲ ਸਕਦੀ। ਸੋ ਡਾਇਟ ਦੀ ਬੱਸ ਦੀ ਜੀਐਮ ਰੋਡਵੇਜ਼ ਦੇ ਦੱਸਣ ਮੁਤਾਬਿਕ ਪਰਮਿਟ ਨਹੀਂ ਹੈਗਾ, ਉਹ ਫਿਰ ਮੇਰੀ ਵੀ ਡੀ ਸੀ ਸਾਹਿਬ ਨਾਲ ਗੱਲ ਹੋਈ ਹੈ, ਡੀ ਸਾਹਿਬ ਦੀ ਜੀਐਮ ਰੋਡਵੇਜ਼ ਨਾਲ ਗੱਲ ਹੋਈ ਹੈ, ਟੈਂਪਰਰੀ ਪਰਮਿਟ ਉਹ ਇਸ਼ੂ ਕਰ ਸਕਦੇ ਨੇ, ਉਹਨਾਂ ਨੇ ਚੰਡੀਗੜ੍ਹ ਗੱਲ ਕਰ ਲਈ ਹੈਗੀ ਹੈ, ਉਹ ਚੰਡੀਗੜ੍ਹ ਲਿਖ ਕੇ ਟੈਂਪਰਰੀ ਪਰਮਿਟ ਇਸ਼ੂ ਕਰਕੇ ਕੱਲ੍ਹ ਤੋਂ ਬੱਸ ਚਲਾ ਦੇ। ਲੰਮੇ ਸਮੇਂ ਤੋਂ ਪੰਜਾਬ ਅੰਦਰ ਬੱਸ ਚਾਲਕਾਂ ਅਤੇ ਵਿਦਿਆਰਥੀਆਂ ਵਿਚਕਾਰ ਟਕਰਾਅ ਚੱਲ ਰਿਹਾ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਇਸ ਨਾਜ਼ੁਕ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਨੀਤੀ 'ਚ ਸੁਧਾਰ ਕਰਦਿਆਂ ਵਿਦਿਆਰਥੀਆਂ ਦੇ ਹਿੱਤ 'ਚ ਬਣਾਵੇ। ਮੁਕਤਸਰ ਤੋਂ ਤਰਸੇਮ ਢੁੱਡੀ ਦੀ ਰਿਪੋਰਟ, D5 ਚੈਨਲ ਪੰਜਾਬੀ।